न्यूज की सारी वीडियोस होंगी आपकी एक क्लिक पर चैनल को सब्सक्राइब करें और नई वीडियोस के लिए बेल आइकॉन जरूर दबाएं सस्श्रीका दोस्तों मैं रेशम सिद्धू तुसी देख रहे हो केएल फास्ट न्यूज़ ਕੁੱਤਾਂ ਪ੍ਰੇਤਾਂ ਦੀਆਂ ਕਹਾਣੀਆਂ ਤੁਸੀਂ ਫਿਲਮਾਂ ਤੇ ਨਾਟਕਾਂ 'ਚ ਬਹੁਤ ਦੇਖੀਆਂ ਹੋਣਗੀਆਂ ਇਹ ਸੱਚ ਹੈ ਜਾਂ ਝੂਠ ਹੈ ਇਸ ਬਾਰੇ ਇੱਕ ਜ ਸਪੈਸ਼ਲ ਸਟੋਰੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਬਠਿੰਡਾ ਜ਼ਿਲ੍ਹਾ ਦੇ ਤਲਵੰਡੀ ਸਾਬੋ 'ਚ ਲੇਲੇਲਾ ਰੋਡ ਤੇ ਬਣੀ ਹੋਈ ਇੱਕ ਕੋਠੀ ਜਿਹਨੂੰ ਲੋਕ ਭੂਤਾਂ ਵਾਲੀ ਕੋਠੀ ਦੇ ਨਾਂ ਨਾਲ ਜਾਣਦੇ ਐ ਕੁਝ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਭੂਤ ਵੱਸਦੇ ਐ ਰਾਤ ਦੇ ਟਾਈਮ ਤਾਂ ਦੂਰ ਦਿਨ ਦੇ ਟਾਈਮ ਵੀ ਇੱਥੇ ਲੋਕ ਆਉਣ ਤੋਂ ਡਰਦੇ ਐ ਦੂਜੇ ਪੱਖ ਦੀ ਗੱਲ ਕਰੀਏ ਤਾਂ ਕੁਝ ਬੁੱਧੀਜੀਵੀ ਔਰ ਤਰਕਸ਼ੀਲ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਭੂਤਨਾ ਦੀ ਇੱਥੇ ਕੋਈ ਚੀਜ਼ ਨਹੀਂ ਹੈ ਜਦਕਿ ਇਹ ਸਰਾਸਰ ਕੁਝ ਸਰਾਰਤੀ ਅੰਸਰਾਂ ਦੀ ਮਨਘੜਤ ਕਹਾਣੀ ਹੈ ਭੂਤ ਇੱਥੇ ਵੱਸਦੇ ਹੈ ਜਾਂ ਨਹੀਂ ਇਹਨਾਂ ਪੂਰੀਆਂ ਗੱਲਾਂ ਤੇ ਅਸੀਂ ਤੁਹਾਨੂੰ ਰੂਬਰੂ ਕਰਵਾਵਾਂਗੇ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਗੁਜਾਰਸ਼ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਕਲਿੱਕ ਕਰਿਓ ਤਾਂ ਕਿ ਆਉਣ ਵਾਲੀ ਖਬਰਾਂ ਦੀ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਪੂਰੀ ਵੀਡੀਓ ਦੇ ਨਾਲ ਨਾਲ ਪਹਿਲਾਂ ਇਸ ਕੋਠੀ ਦੀ ਕੁਝ ਝਲਕੀਆਂ ਦਿਖਾਵਾਂਗੇ ਕਿਸ ਤਰ੍ਹਾਂ ਦੀ ਇਹ ਕੋਠੀ ਬਣੀ ਹੈ ਉਸ ਤੋਂ ਬਾਅਦ ਤੁਹਾਨੂੰ ਇਸ ਕੋਠੀ ਦੀ ਪੂਰੀ ਕਹਾਣੀ ਨਾਲ ਵੀ ਰूबरू ਕਰਵਾਵਾਂਗੇ ਤੁਸੀਂ ਦੇਖਦੇ ਰਹੋ ਕੀ ਅਲਫਾਸ ਹੈ ਇਹ ਤਲਵੰਡੀ ਸਾਬੋ ਦੀ ਉਹੀ ਕੋਠੀ ਹੈ ਜਿਸ ਨੂੰ ਲੋਕ ਪੁੱਤਾਂ ਵਾਲੀ ਕੋਠੀ ਕਹਿੰਦੇ ਐ ਕੁੱਬੇ ਪਿੰਡ ਤੋਂ ਆ ਕੇ ਮਿੱਠੂ ਸਿੰਘ ਆਪਣੇ ਪਰਿਵਾਰ ਨਾਲ 20 ਸਾਲ ਪਹਿਲਾਂ ਤਲਵੰਡੀ ਆਇਆ ਸੀ ਮਿੱਠੂ ਸਿੰਘ ਦੇ ਪਿਤਾ ਸੁਖਦੇਵ ਸਿੰਘ ਸਰਕਾਰੀ ਨੌਕਰੀ ਦੀ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੇ ਲੱਖਾਂ ਰੁਪਏ ਲਾ ਕੇ ਬੜੀਆਂ ਰੀਜਾਂ ਨਾਲ ਇੱਕ ਕੋਠੀ ਬਣਾਈ ਸੀ ਇਸ ਕੋਠੀ ਦੀ ਖਾਸ ਗੱਲ ਇਹ ਵੀ ਸੀ ਕਿ ਜਿਸ ਤਰ੍ਹਾਂ ਦੀਆਂ ਸਹੂਲਤਾਂ ਅੱਜ ਦੇ ਸਮੇਂ ਲੋਕ ਕੋਠੀਆਂ ਵਿੱਚ ਰੱਖਦੇ 20 ਸਾਲ ਪਹਿਲਾਂ ਵੀ ਨਵੀਂ ਸੋਚ ਨਾਲ ਇਸੇ ਤਰ੍ਹਾਂ ਦੀ ਹਰ ਸਹੂਲਤ ਇਸ ਕੋਠੀ ਵਿੱਚ ਰੱਖੀ ਗਈ ਸੀ ਪਰ ਸਮੇਂ ਦੇ ਨਾਲ ਕੁਝ ਹਾਲਾਤ ਇਹੋ ਜਿਹੇ ਹੋਏ ਕਿ ਇਸ ਕੋਠੀ ਵਿੱਚ ਰਹਿਣ ਵਾਲਾ ਹੱਸਦਾ ਵਸਦਾ ਪਰਿਵਾਰ ਉਜੜ ਗਿਆ ਉਸ ਤੋਂ ਬਾਅਦ ਵੀ ਇਸ ਕੋਠੀ ਦੇ ਕਈ ਖਰੀਦਦਾਰ ਬਣੇ ਪਰ ਲੰਮਾ ਸਮਾਂ ਤੱਕ ਇਸ ਕੋਠੀ ਵਿੱਚ ਕੋਈ ਬਸੇਹਾਰਾ ਨਾ ਕਰ ਸਕਿਆ ਜਦੋਂ ਅਸੀਂ ਇਸ ਕੋਠੀ ਨਾਲ ਜੁੜੀ ਭੂਤਾਂ ਦੀ ਅਸਲ ਕਹਾਣੀ ਦੀ ਪੜਤਾਲ ਕਰ ਰਹੇ ਸੀ ਤਾਂ ਕੁਝ ਲੋਕਾਂ ਨੇ ਵੀ ਸਾਨੂੰ ਇਸ ਕੋਠੀ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਪਰ ਅਸਲ ਸਚਾਈ ਦਾ ਪਤਾ ਕਰਨ ਲਈ ਸਾਡੀ ਟੀਮ ਨੇ ਦੇਰ ਰਾਤ ਤੱਕ ਕੋਠੀ ਵਿੱਚ ਠਹਿਰ ਕੇ ਕਵਰੇਜ ਕੀਤੀ ਇਸ ਕੋਠੀ ਦੇ ਨਾਲ ਜੁੜੀਆਂ ਭੂਤਾਂ ਦੀਆਂ ਕਹਾਣੀਆਂ ਦਾ ਸੱਚ ਕੀ ਹੈ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੁਸੀਂ ਦੇਖਦੇ ਰਹੋ ਸਹਿਯੋਗੀ ਪੱਤਰਕਾਰ ਗ੍ਰਾਮ ਰੇਸ਼ਮ ਨਥੇਹਾ ਨਾਲ ਰੇਸ਼ਮ ਸਿੱਧੂ ਦੀ ਖਾਸ ਰਿਪੋਰਟ ਤਲਵੰਡੀ ਤੋਂ ਲੇਲੇ ਵਾਲਾ ਰੋਡ ਤੇ ਜੋ ਇੱਕ ਕੋਠੀ ਬਣੀ ਹੈ ਭੂਤਾਂ ਵਾਲੇ ਨਾਂ ਦੇ ਨਾਲ ਜਾਣੀ ਜਾਂਦੀ ਹੈ ਇਸ ਕੋਠੀ ਦੀਆਂ ਤੁਹਾਨੂੰ ਝਲਕੀਆਂ ਵੀ ਦਿਖਾਈਆਂ ਇਤਿਹਾਸ ਦੀ ਗੱਲ ਕਰੀਏ ਇਸ ਕੋਠੀ ਦੇ ਕਿਉਂ ਨਾਮ ਪਿਆ ਦੱਸਿਆ ਜਾਂਦਾ ਹੈ ਕਿ 20 ਸਾਲ ਪਹਿਲਾਂ ਮਿੱਠੂ ਸਿੰਘ ਨਾਂ ਦਾ ਇੱਕ ਇਨਸਾਨ ਇੱਥੇ ਆ ਕੇ ਉਹਨੇ ਪਲਾਟ ਲੈ ਕੇ ਕੋਠੀ ਬਣਾਈ ਸੀ ਉਹਦੇ ਪਰਿਵਾਰ ਚੋਂ ਦੇ ਘਰ ਵਾਲੇ ਉਹਦਾ ਬੇਟਾ ਤੇ ਨੌ ਸੀ ਬੇਟਾ ਬਠਿੰਡਾ ਵਾਹ ਗਿਆ ਘੱਟੋ ਘੱਟ 10 ਸਾਲ ਇਸ ਕੋਠੀ 'ਚ ਉਹਨਾਂ ਨੇ ਬਸੇਰਾ ਕੀਤਾ ਉਸ ਤੋਂ ਬਾਅਦ ਮਿੱਠੂ ਸਿੰਘ ਦੇ ਘਰ ਵਾਲੀ ਦੀ ਮੌਤ ਹੋ ਗਈ ਉਹਨਾਂ ਦਾ ਬੇਟਾ ਮਾਨਸਿਕ ਰੂਪ ਤੋਂ ਪਰੇਸ਼ਾਨ ਸੀਗਾ ਦੱਸਿਆ ਜਾਂਦਾ ਹੈ ਕਿ ਥੋੜੇ ਟਾਈਮ ਬਾਅਦ ਹੀ ਉਹਨਾਂ ਦੇ ਬੇਟੇ ਦੀ ਵੀ ਮੌਤ ਹੋ ਗਈ ਤਾਂ ਉਹ ਮਿੱਠੂ ਸਿੰਘ ਇਸ ਕੋਠੀ ਨੂੰ ਵੇਚ ਕੇ ਚਲਾ ਗਿਆ ਦੱਸਿਆ ਜਾਂਦਾ ਬਾਬਾ ਜੋਰਾ ਸਿੰਘ ਨੇ ਇਸ ਕੋਠੀ ਨੂੰ ਖਰੀਦ ਲਿਆ ਉਹ ਵੀ ਕਈ ਸਾਲ ਇੱਥੇ ਰਹੇ ਲੇਕਿਨ ਪਤਾ ਨਹੀਂ ਕੀ ਕਾਰਨ ਸੀ ਜਿੰਨਾ ਕਰਕੇ ਇੱਥੇ ਕੁਝ ਸ਼ਰਾਰਤੀ ਅੰਸਰਾਂ ਨੇ ਕੋਈ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਕਿ ਜਿਹੜੀਆਂ ਦੋ ਮੌਤਾਂ ਉਸ ਪਰਿਵਾਰ ਦੀਆਂ ਹੋਈਆਂ ਸੀ ਉਹਨਾਂ ਨੂੰ ਭੂਤਾਂ ਦੇ ਨਾਲ ਨਾਂ ਜੋੜ ਕੇ ਔਰ ਇਸ ਕੋਠੀ ਦਾ ਨਾਂ ਭੂਤਾਂ ਵਾਲੀ ਕੋਠੀ ਕਹਿਣ ਲੱਗੇ ਸਾਡੇ ਨਾਲ ਤਲਵੰਡੀ ਸਾਹਬ ਤੋਂ ਸੀਨੀਅਰ ਪੱਤਰਕਾਰ ਤੇ ਤਰਕਸ਼ੀਲ ਸੁਸਾਇਟੀ ਦੇ ਮੈਂਬਰ ਜਗਦੀਪ ਸਿੰਘ ਗਿੱਲ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਕਿ ਕਿਉਂ ਇਹ ਭੂਤਾਂ ਵਾਲੀ ਕੋਠੀ ਦਾ ਨਾਮ ਪਿਆ ਔਰ ਕਿਉਂ ਲੋਕ ਹਜੇ ਵੀ ਡਰਦੇ ਆ ਸਤਿ ਸ਼੍ਰੀ ਅਕਾਲ ਜਗਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਇਹ ਜਿਹੜੀ ਤਲਵੰਡੀ ਸਾਹ ਬੋਜ ਪਿਛਲੇ 20 ਸਾਲਾਂ ਤੋਂ ਕੋਠੀ ਬਣੀ ਹੋਈ ਹੈ ਕੀ ਕਾਰਨ ਹੈ ਇਹਦਾ ਹਜੇ ਵੀ ਭੂਤਾਂ ਵਾਲੀ ਕੋਠੀ ਕਹਿੰਦੇ ਹਨ ਦੇਖੋ ਤੁਸੀਂ ਕਾਰਨ ਪੁੱਛਦੇ ਹੋ ਕਾਰਨ ਤਾਂ ਇਹ ਹੈ ਵੀ ਸਾਡੇ ਲੋਕਾਂ ਦੀ ਕਮਜ਼ੋਰ ਮਾਨਸਿਕਤਾ ਦੀ ਵਜ੍ਹਾ ਕਰਕੇ ਇਦਾਂ ਦੀਆਂ ਅਫਵਾਹਾਂ ਅਕਸਰ ਫੈਲ ਜਾਇਆ ਕਰਦੀਆਂ ਕਿਤੇ ਭੂਤਾਂ ਵਾਲੇ ਖੂਹ ਦੀ ਗੱਲ ਹੁੰਦੀ ਹੈ ਕਿਤੇ ਭੂਤਾਂ ਵਾਲੀ ਕੋਠੀ ਦੀ ਗੱਲ ਹੁੰਦੀ ਹੈ ਕਿਤੇ ਭੂਤਾਂ ਵਾਲੇ ਵੱਖ-ਵੱਖ ਰਕਤਾਂ ਦੀ ਗੱਲ ਹੁੰਦੀ ਹੈ ਜਣੀ ਸਮਝਿਆ ਜਾਂਦਾ ਹੈ ਕਿ ਜਦੋਂ ਬੰਦਾ ਮਰ ਜਾਂਦਾ ਹੈ ਉਹਦੀ ਜੇ ਪ੍ਰਾਪਰ ਕੋਈ ਗਤੀ ਵਗੈਰਾ ਨਾ ਹੋਵੇ ਤਾਂ ਫਿਰ ਉਹਦੀ ਰੂਹ ਭਟਕਦੀ ਰਹਿੰਦੀ ਹੈ ਤੇ ਉਹ ਭੂਤ ਬਣ ਜਾਂਦਾ ਹੈ ਸੋ ਅਸੀਂ ਤਰਕਸ਼ੀਲ ਸੁਸਾਇਟੀ ਵੱਲੋਂ ਇਹ ਸਾਫ਼ ਕਰ ਦੇਣਾ ਚਾਹੁੰਦੇ ਆਂ ਔਰ ਚੈਲੰਜ ਵੀ ਕਰਦੇ ਆਂ ਸਾਰੀ ਦੁਨੀਆ ਦੇ ਮਤਲਬ ਭੂਤਾਂ ਪ੍ਰੇਤਾਂ ਦੀ ਹੋਂਦ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਵੀ ਜੇ ਕਿਸੇ ਨੂੰ ਮਤਲਬ ਕੋਈ ਇਦਾਂ ਦਾ ਕਿਸੇ ਦਾ દਬ ਹੈ ਕਿ ਵਾਕਈ ਭੂਤਾਂ ਪ੍ਰੇਤਾਂ ਹੁੰਦੀਆਂ ਕੱਲੀ ਇਹ ਤਲਵੰਡੀ ਸਾਬੋ ਵਾਲੀ ਭੂਤਾਂ ਦੇ ਨਾਂ ਨਾਲ ਜਾਣੀ ਜਾਂਦੀ ਕੋਠੀ ਨਹੀਂ ਦੁਨੀਆਂ ਦੇ ਵਿੱਚ ਕਿਤੇ ਵੀ ਮਤਲਬ ਇਦਾਂ ਦੀ ਕੋਈ ਕਿਤੇ ਘਟਨਾ ਵਾਪਰਦੀ ਹੈ ਤਾਂ ਜਿੱਥੋਂ ਇਹ ਸਾਬਤ ਹੁੰਦਾ ਹੋਵੇ ਕਿ ਕਿ ਬਾਕੀ ਭੂਤਾਂ ਪੁਰਤਾਂ ਦੀ ਹੋਂਦ ਹੈ ਤਾਂ ਅਸੀਂ ਉਹ ਹੋਂਦ ਸਾਬਤ ਕਰਨ ਵਾਲੇ ਨੂੰ ਧੋਖਾ ਨਾ ਹੋਣ ਦੀ ਹੋਣ ਵਾਲੀਆਂ ਹਾਲਤਾਂ ਦੇ ਵਿੱਚ ਜੇ ਕੋਈ ਬੰਦਾ ਸਾਬਤ ਕਰਦਾ ਤਾਂ ਤਰਕਸ਼ੀਲ ਸੁਸਾਇਟੀ ਵੱਲੋਂ 5 ਲੱਖ ਰੁਪਏ ਦਾ ਇਨਾਮ ਦੇਣ ਨੂੰ ਤਿਆਰ ਆ ਔਰ ਬਰਿਆਂ ਬੱਦੀ ਮਤਲਬ ਇਹ ਚੈਲੰਜ ਅੱਗੇ ਦੀ ਅੱਗੇ ਅਸੀਂ ਕਰਦੇ ਆ ਰਹੇ ਆ ਅੱਜ ਤੱਕ ਸਾਨੂੰ ਸਾਰੀ ਦੁਨੀਆ ਦੇ ਵਿੱਚੋਂ ਮਤਲਬ ਕੋਈ ਇਹੋ ਜਿਹਾ ਬੰਦਾ ਨਹੀਂ ਟੱਕਰਿਆ ਜਾਂ ਸਾਡੇ ਸੰਪਰਕ ਦੇ ਵਿੱਚ ਆਇਆ ਜਿਸ ਨੇ ਸਾਡੇ ਨਾਲ ਇਦਾਂ ਦੀ ਕੋਈ ਭੂਤਾਂ ਪ੍ਰੇਤਾਂ ਦੀ ਹੋਂਦ ਨੂੰ ਲੈ ਕੇ ਸ਼ਰਤ ਲਾਈ ਹੋਵੇ ਤੇ ਉਹ ਸ਼ਰਤ ਜਿੱਤ ਗਿਆ ਹੋਵੇ ਕੀ ਕਾਰਨ ਹੈ ਕਿ ਕੋਠੇ ਨੂੰ ਛੇਤੀ ਛੇਤੀ ਨਾਤਾ ਕੋਈ ਖਰੀਦਣ ਵਾਲਾ ਮਿਲਦਾ ਨਾ ਬਸਣ ਵਾਲਾ ਮਿਲਦਾ ਐਨੀ ਵਧੀਆ ਨਵੇਂ ਤਰੀਕੇ ਨਾਲ ਅੱਜ ਤੋਂ 20 ਸਾਲ ਪਹਿਲਾਂ ਨਵੀਂ ਤਕਨੀਕ ਨਾਲ ਕੋਠੀ ਬਣਾਈ ਗਈ ਪਰ ਫਿਰ ਵੀ ਅੱਜ ਇਹ ਬਰਾਨ ਪਈ ਹੈ ਖਰੀਦਣ ਵਾਲ ਜਿੱਥੋਂ ਤੱਕ ਖਰੀਦਣ ਵਾਲੀ ਗੱਲ ਆਸੀ ਤਰਕਸ਼ੀਲ ਸੁਸਾਇਟੀ ਵਾਲੇ ਨੂੰ ਖਰੀਦਣ ਨੂੰ ਤਿਆਰਾਂ ਬਸ਼ਰਤੇ ਜਿਹੜੀ ਇਹਦੀ ਕੀਮਤ ਹੈ ਉਹਨੂੰ ਘੱਟ ਕਰਨ ਕਿਉਂਕਿ ਅਸੀਂ ਪਿਛਲੀ ਤੋਂ ਪਿਛਲੀ ਬਸਾਖੀ ਵੇਲੇ ਇੱਥੇ 10 ਦਿਨ ਰਹੇ ਹਾਂ ਲਗਾਤਾਰ ਕੈਂਪ ਲਾਇਆ ਤਰਕਸ਼ੀਲ ਸੁਸਾਇਟੀ ਨੇ ਮੇਲਾ ਬਸਾਖੀ ਤੇ ਔਰ 10 ਸਾਨੂੰ ਪਹਿਲਾਂ ਹੀ ਪਤਾ ਸੀ ਵੀ ਇੱਥੇ ਭੂਤਾਂ ਵ੍ਰੇਤਾ ਨਹੀਂ ਹੁੰਦੀਆਂ ਕਿਉਂਕਿ ਭੂਤਾਂ ਪ੍ਰੇਤਾਂ ਦੀ ਦੁਨੀਆ ਦੇ ਵਿੱਚ ਕੋਈ ਹੋਂਦ ਹੀ ਨਹੀਂ ਕਿਉਂਕਿ ਲੋਕਾਂ ਦੀ ਚਰਚਾ ਨੂੰ ਠੱਲਣ ਵਾਸਤੇ ਲੋਕਾਂ ਦੀ ਮਾਨਸਿਕਤਾ ਨੂੰ ਕਮਜ਼ੋਰ ਮਾਨਸਿਕਤਾ ਨੂੰ ਅਸੀਂ ਠੁੰਬਣਾ ਦੇਣ ਵਾਸਤੇ ਆਪ ਮਿਸਾਲ ਬਣੇ ਆਂ ਇੱਥੇ 10 ਦਿਨ ਅਸੀਂ ਇੱਥੇ ਸੌਂਦੇ ਰਹੇ ਆਂ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਭੂਤਾਂ ਹੁੰਦੀਆਂ ਨਹੀਂ ਪਰ ਫਿਰ ਵੀ ਲੋਕ ਗਾਹੇ ਵਗਾਹੇ ਕੋਈ ਟੈਲੀਫੋਨ ਕਲੀ ਕੋਈ ਮਤਲਬ ਵੈਸੀ ਆ ਕੇ ਕੁਐਸਚਨ ਕਰਦੇ ਆ ਵੀ ਤੁਹਾਡੇ ਪਿੰਡ ਦੀ ਭੂਤਾਂ ਵਾਲੀ ਕੋਠੀ ਹੈ ਜਣੀ ਅਸੀਂ ਤਰਕਸ਼ੀਲ ਸੁਸਾਇਟੀ ਵਾਲੇ ਕੀ ਕਿਹਨੂੰ ਕਿਹਨੂੰ ਵਿਸ਼ਵਾਸ ਦਿਵਾਉਂਦੇ ਫਿਰਗੇ ਵੀ ਭੂਤਾਂ ਨਹੀਂ ਹੁੰਦੀਆਂ ਜਣੀ ਅਸੀਂ ਇਹੀ ਕਰ ਸਕਦੇ ਸੀ ਵੀ ਅਸੀਂ 10 ਦਿਨ ਖੁਦ ਅਸੀਂ ਆਪ ਇੱਥੇ ਪਏ ਤੇ ਸਾਰੀ ਦੁਨੀਆ ਨੂੰ ਦੱਸਿਆ ਮੀਡੀਆ ਨੂੰ ਨਾਲ ਲੈ ਕੇ ਵੱਡੀਆਂ ਰਿਪੋਰਟਾਂ ਲੱਗੀਆਂ ਫਿਰ ਵੀ ਮਤਲਬ ਕਿਉਂਕਿ ਸਾਡੇ ਲੋਕਾਂ ਦੀ ਜਿਹੜੀ ਮਾਨਸਿਕਤਾ ਉਹ ਬਹੁਤ ਕਮਜ਼ੋਰ ਮਾਨਸਿਕਤਾ ਹੈ ਇਹਨਾਂ ਦੇ ਵਿੱਚ ਸੈਂਕੜੇ ਸਾਲਾਂ ਤੋਂ ਭੂਤਾਂ ਦਾ ਜਿਹੜਾ ਡਰ ਹੈ ਇਹਨਾਂ ਦੇ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਕਿਸੇ ਹਨੇਰੇ ਕੋਨੇ ਦੇ ਵਿੱਚ ਉਹ ਛੁਪਿਆ ਹੋਇਆ ਹੈ ਜਿਹੜਾ ਛੇਤੀ ਕੀਤਾ ਮਤਲਬ ਨਿਕਲ ਨਹੀਂ ਰਿਹਾ ਠੀਕ ਹੈ ਇੰਨੇ ਸਾਲਾਂ ਤੋਂ ਤੁਸੀਂ ਤਰਕਸ਼ੀਲ ਸੁਸਾਇਟੀ ਨਾਲ ਜੁੜੇ ਹੋਏ ਹੋ ਹਿੱਥੇ ਰਹੇ ਵੀ ਤੁਸੀਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਫਿਰ ਵੀ ਇੱਥੋਂ ਦੇ ਚਲੋ ਲੋਕਲ ਬਾਹਰ ਤਾਂ ਲੋਕਾਂ ਨੇ ਸੁਣਿਆ ਸੁਣਾਈਆਂ ਗੱਲਾਂ ਹੁੰਦੀਆਂ ਫਿਰ ਵੀ ਲੋਕਾਂ ਦੇ ਮਨ ਚੋਂ ਇਹ ਕਿਉਂ ਨਹੀਂ ਨਿਕਲ ਰਿਹਾ ਭੂਤ ਦਾ ਜਿਹੜੇ ਕੋਠੀ ਦਾ ਨਾਂ ਜੁੜਿਆ ਹੋਇਆ ਨਹੀਂ ਜਿਹੜੇ ਲੋਕ ਸੁਚੇਤ ਲੋਕ ਨੇ ਉਹ ਉਹ ਉਹਨਾਂ ਦੇ ਮਨਾਂ ਦੇ ਵਿੱਚ ਤਾਂ ਕੋਈ ਗੱਲ ਐਦਾਂ ਦੀ ਹੈ ਹੀ ਨਹੀਂ ਉਹ ਤਾਂ ਸਮਝਦੇ ਨੇ ਆ ਦੇਖੋ ਆਂਢੀ ਗੁਆਂਢੀ ਇੱਥੇ ਕਿਸੇ ਨੂੰ ਪੁੱਛ ਲੋ ਸਭ ਜਾਣਦੇ ਨੇ ਵੀ ਇੱਥੇ ਕੋਈ ਭੂਤ ਪ੍ਰੇਤ ਨਾਂ ਦੀ ਕੋਈ ਕੋਈ ਸ਼ੈ ਹੈ ਨਹੀਂ ਪਰ ਭੂਤ ਪ੍ਰੇਤ ਅਸਲ ਵਿੱਚ ਜਿਉਂਦੇ ਭੂਤ ਨੇ ਠੀਕ ਹੈ ਇੱਥੇ ਨਸ਼ੇੜੀ ਤੇ ਹੋਰ ਮਤਲਬ ਗਲਤ ਕਿਸਮ ਦੇ ਲੋਕ ਜਿਹੜੇ ਇੱਥੇ ਮਤਲਬ ਜਿਨ੍ਹਾਂ ਨੇ ਆਪਣੀਆਂ ਸ਼ਰਾਰਤਾਂ ਲਈ ਇਹ 이란ਪਈ ਕੋਠੀ ਨੂੰ ਵਰਤਨ ਹੈ ਬਹੁਤ ਸਾਰੀਆਂ ਘਟਨਾਵਾਂ ਇੱਥੇ ਵਾਪਰ ਰਹੀਆਂ ਆ ਸਾਰੇ ਮੁਹੱਲੇ ਵਾਲੇ ਨੇ ਇਕੱਠੇ ਹੋ ਕੇ ਲੋਕਾਂ ਨੂੰ ਕੁੱਟਿਆ ਵੀ ਐ ਪੁਲਿਸ ਨੂੰ ਵੀ ਫੜਾਇਆ ਪਰ ਕਿਉਂਕਿ ਇਹ ਉਹਨਾਂ ਦੇ ਮਤਲਬ ਇਹ ਹੱਕ ਚ ਜਾਂਦੀ ਏ ਗੱਲ ਅੱਜ ਕੱਲ੍ਹ ਸ਼ਮਸ਼ਾਨ ਭੂਮੀ ਹੋਵੇ ਕਬਰ ਸਥਾਨ ਹੋਵੇ ਜਾਂ ਭੂਤਾਂ ਪ੍ਰੇਤਾਂ ਨਾਲ ਜੁੜੀ ਕੋਈ ਹੋਰ ਥਾਂ ਹੋਵੇ ਉਹ ਇਹੋ ਜੇ ਸਮਾਜ ਵਿਰੋਧੀ ਅੰਸ਼ਰਾਂ ਲਈ ਮਤਲਬ ਸਭ ਤੋਂ ਵਧੀਆ ਠੁਕਮੀ ਜਗ੍ਹਾ ਹੁੰਦੀ ਹੈ ਤੇ ਇਹ ਉਹ ਠੁਕਮੀ ਜਗ੍ਹਾ ਹੈ ਜਿੱਥੇ ਨਾ ਕੋਈ ਭੂਤ ਪ੍ਰੇਤ ਹੈ ਤੇ ਨਾ ਕੋਈ ਭੂਤ ਪ੍ਰੇਤ ਹੋ ਸਕਦਾ ਤੇ ਪਰ ਉਹਨਾਂ ਵੱਲੋਂ ਫਲਾਈਆਂ ਅਫਵਾਹਾਂ ਦੀ ਵਜ੍ਹਾ ਕਰਕੇ ਇਹ ਅਫਵਾਹ ਅੱਗੇ ਫੈਲਦੀ ਜਾ ਰਹੀ ਹੈ। ਸੋ ਇਹ ਸੰਜਗਦੀਪ ਸਿੰਘ ਤਰਕਸ਼ੀਲ ਸੁਸਾਇਟੀ ਦੇ ਮੈਂਬਰ ਹੈ, ਪੱਤਰਕਾਰ ਸਾਥੀ ਹੈ। ਇਹਨਾਂ ਦਾ ਕਹਿਣਾ ਹੈ ਕਿ 2 ਸਾਲ ਪਹਿਲਾਂ ਤਰਕਸ਼ੀਲ ਸੁਸਾਇਟੀ ਵੱਲੋਂ ਐਸੇ ਕੋਠੀ ਨੂੰ ਉਹਨਾਂ ਨੇ ਦਫ਼ਤਰ ਬਣਾਇਆ ਔਰ 10 ਦਿਨ ਤੱਕ ਇਹਨਾਂ ਨੇ ਇੱਥੇ ਰਿਹਾਇਸ਼ ਕਰਕੇ ਰਾਤਾਂ ਗੁਜ਼ਾਰੀਆਂ। ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਵੀ ਭੂਤਨਾਮ ਦੀ ਇੱਥੇ ਕੋਈ ਕਿਸੇ ਤਰ੍ਹਾਂ ਦੀ ਹਰਕਤ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਦੇਖਣ ਨੂੰ ਨਹੀਂ ਮਿਲੀ। ਪਰ ਫਿਰ ਵੀ ਅਸੀਂ ਜੋਟੇ ਹੋਏ ਹਾਂ ਅੰਧਵਿਸ਼ਵਾਸ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਲੇਲੇ ਵਾਲਾ ਰੋਡ ਤੇ ਜਿਹੜੀ ਭੂਤਾਂ ਦੀ ਕੋਠੀ ਦੇ ਨਾਂ ਨਾਲ ਮਸ਼ਹੂਰ ਇਹ ਕੋਠੀ ਹੈ ਇਸੇ ਕੋਠੀ ਦੇ ਨੇੜੇ ਹੀ ਇੱਕ ਹੋਰ ਪਰਿਵਾਰ ਵੱਸਦਾ ਹੈ ਉਹਨਾਂ ਨਾਲ ਗੱਲ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਤੇ ਕੋਠੀ ਦਾ ਜਿਹੜਾ ਹੈਗਾ ਤੁਸੀਂ ਕਿੰਨੇ ਸਾਲਾਂ ਤੋਂ ਇੱਥੇ ਨੇੜੇ ਰਹਿ ਰਹੇ ਹੋ ਔਰ ਕਿਸ ਤਰ੍ਹਾਂ ਦੀ ਕੋਈ ਹਰਕਤਾਂ ਲੱਗਦੀਆਂ ਤੁਹਾਨੂੰ ਜਿਵੇਂ ਲੋਕ ਕਹਿੰਦੇ ਆ ਮੈਨੂੰ ਸਾਰ ਇੱਥੇ 14 ਸਾਲ ਹੋ ਗਏ ਜੀ ਇੱਥੇ ਬਾਬਾ ਜੋਰਾ ਸਿੰਘ ਵੀ ਰਹਿ ਗਏ ਨੇ ਹਾਂਜੀ ਠੀਕ ਹੈ ਜੀ ਇੱਥੇ ਆਪਾਂ ਕਹਿੰਦੇ ਵੀ ਕਿਰਾਇਤੀ ਰਹਿੰਦਾ ਕੋਈ ਨਹੀਂ ਕੋਈ ਕਿਰਾਇਤੀ ਨਹੀਂ ਆ ਰਿਹਾ ਕੋਈ ਉਹ ਇਹਦੇ ਭੂਤ ਨਹੀਂ ਕੋਈ ਪ੍ਰੇਤ ਨਹੀਂ ਸਿਰਫ ਇੱਥੇ ਨਸ਼ੇੜੀ ਆ ਰਹੇ ਆ ਠੀਕ ਹੈ ਜਨਾਨੀਵਾਜ਼ ਜਿਹੜੇ ਹੈਗੇ ਉਹ ਆ ਰਹੇ ਨੇ ਸਮੈਗ ਪੀਂਦੇ ਨੇ ਤੇ ਕੋਈ ਕੁਝ ਨਹੀਂ ਹੈਗਾ 10 ਸਾਲ ਹੋ ਗਏ ਮੈਂ ਤਾਂ ਅੱਜ ਕੱਲ੍ਹ ਭੂਤ ਦੇਖਿਆ ਨਹੀਂ ਜੀ ਅਸੀਂ ਲੋਕਾਂ ਦੇ ਭੂਤ ਕੱਢ ਜੁਰੂ ਦਿੰਦੇ ਆ ਇੱਥੇ ਨਸ਼ੇੜੀਆਂ ਦੀ ਜੋ ਨਸ਼ੇੜੀ ਆਉਂਦੇ ਆ ਫਿਰ ਕੋਈ ਤੁਸੀਂ ਸਮਾਜਿਕ ਸੰਸਥਾਵਾਂ ਜਾਂ ਪੁਲਿਸ ਦੀ ਸਹਾਇਤਾ ਲੈਣੇ ਹੋਂ ਉਹ ਮੈਂ ਸੀ ਮੈਂ 6 ਵਜੇ ਤਾਂ ਪੁਲਿਸ ਨੂੰ ਚਕਵਾ ਚੱਕਿਆ ਜੀ ਠੀਕ ਹੈ 6 ਵਾਰੀ ਇੱਥੇ ਨਸ਼ੇੜੀ ਚਕਵਾਏ ਆ ਠੀਕ ਜਨਾਨੀਵਾਜ਼ ਆਉਂਦੇ ਆ ਉਹ ਵੀ ਮੈਂ ਚਕਵਾਏ ਇੱਥੇ ਠੀਕ ਹੈ ਠੀਕ ਹੈ 12 ਵਾਂ ਆ ਕੇ ਹਰੇ ਕਹਿੰਦਾ ਮੇਰੀ ਕੋਠੀ ਆ ਸੀ ਜਿਹੜਾ ਇਹ ਕਹਿੰਦਾ ਨਾ ਵੀ ਸਾਡੀ ਕੋਠੀ ਹੈ ਅਸੀਂ ਉਹਨਾਂ ਨੂੰ ਢੁਕਾਉਨੇ ਆ ਤੇਰੇ ਪਿਓ ਦੀ ਕੋਠੀ ਦੱਸ ਕਿਦੀ ਹੈ ਠੀਕ ਹੈ ਕੋਠੀ ਦੇ ਮਾਲਕ ਨੇ ਜਿਹੜੇ ਗਧਿਆਲੇ ਤੋਂ ਸਰਪੰਚ ਨੇ ਇੱਕ ਬਾਬਾ ਤੰਗ ਤੋੜ ਜੀ ਹੈ ਉਹ ਇਹਨਾਂ ਦੇ ਮਾਲਕ ਨੇ ਕਿ ਉਹ ਇਹ ਇਹਨਾਂ ਦੀ ਕੋਈ ਸਾਂਸ ਸੁਭਾਇਆ ਨਹੀਂ ਕਰਦੇ ਉਹ ਕਹਿੰਦੇ ਸੰਤ ਕੋਈ ਲੋੜ ਹੀ ਨਹੀਂ ਹੈ ਜਗਾ ਪਈਆ ਪਈ ਰਹਿਣ ਦਿਓ ਠੀਕ ਹੈ ਬਸ ਇਹ ਹੈ ਜੀ ਇੱਥੇ ਕੋਈ ਭੂਤ ਨਹੀਂ ਕੋਈ ਪ੍ਰੇਤਨੀ ਜਦੋਂ ਇਹ ਕੋਠੇ ਨੂੰ ਲੋਕਾਂ ਨੇ ਜਦੋਂ ਭੂਤਾਂ ਵਾਲੀ ਕੋਠੀ ਕਿਹਾ ਤੁਸੀਂ ਉਦੋਂ ਬਾਅਦ ਆ ਕੇ ਰਹਿਣ ਲੱਗੇ ਹੋ ਤੁਹਾਡੇ ਮਨ 'ਚ ਨਹੀਂ ਕੋਈ ਇਸ ਤਰ੍ਹਾਂ ਦਾ ਡਰ ਅਸੀਂ ਤਾਂ ਕੋਈ ਡਰਦੇ ਨਹੀਂ ਅਸੀਂ ਤਾਂ ਰਾਤ ਨੂੰ ਇੱਥੇ ਪੈਣੇ ਆ ਕੇ ਹੋਰ ਹੈ ਅਗਲੀ ਕਹਿੰਦੇ ਸਾਡੇ ਨਾਲ ਪਿਆ ਜਾ ਤੈਨੂੰ ਭੂਤ ਮੈਂ ਕੱਢ ਕੇ ਦਿਖਾਉਣਾ ਤੇਰਾ ਤੇਰੇ ਭੂਤ ਮੈਂ ਕੱਢੂਗਾ ਠੀਕ ਹੈ ਉਹ ਆ ਤਾਂ ਸਹੀ ਮੇਰੇ ਕੋਲੇ ਠੀਕ ਹੈ ਹੁਣ ਤੂੰ ਆਇਆ ਤਾਂ ਇੱਥੇ ਸਮੈਗ ਪੀਣਾ ਠੀਕ ਹੈ ਇੱਕ ਤੂੰ ਸਾਰਾ ਲੈ ਕੇ ਆਇਆ ਵੀ ਮੈਂ ਇੱਥੇ ਕੋਠੀ 'ਚ ਆਇਆ ਵੀ ਮੇਰੀ ਕੋਠੀ ਆ ਕੋਠੀ ਤੇਰੀ ਕਾਦੀ ਹੈ ਠੀਕ ਹੈ ਆਉਣ ਤਾਂ ਸਮੈਗ ਪੀਣ ਆਉਣੇ ਹੋ ਇਹ ਨਸ਼ਾ ਕਰਨ ਆਉਨੇ ਹੋ ਕੋਈ ਹੋਰ ਨਹੀਂ ਐਥੇ ਕੁਝ ਵੀ ਨਹੀਂ ਇਹਨੂੰ ਸਾਨੂੰ 14 ਸਾਲ ਹੋ ਗਏ ਤੇ ਰਹਿੰਦੇ ਨੂੰ ਅਸੀਂ ਤਾਂ ਕੁਝ ਕੁ ਦੇਖਿਆ ਨਹੀਂ ਵੀ ਗਏ ਅਸੀਂ ਰਾਜਵੀਰ ਸਿੰਘ ਇਹਨਾਂ ਦਾ ਕਹਿਣਾ ਹੈ ਕਿ ਅਸੀਂ 14 ਸਾਲਾਂ ਤੋਂ ਬਿਲਕੁਲ ਕੋਠੀ ਦੇ ਦੋ ਤਿੰਨ ਕਿੱਲਾਂ ਦੇ ਨੇੜੇ ਹੀ ਹੈ ਇਹਨਾਂ ਦਾ ਮਕਾਨ ਬਣਿਆ ਹੋਇਆ ਬੱਟਣਾ ਬੱਟ ਲੱਗਦੀ ਹੈ ਜੀ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਰਾਤ ਨੂੰ ਵੀ ਦੇਖਦੇ ਹਾਂ ਸਾਨੂੰ ਅੱਜ ਤੱਕ ਕੋਈ ਭੂਤ ਤਾਂ ਨਜ਼ਰ ਨਹੀਂ ਆਇਆ ਪਰ ਨਸ਼ੇੜੀ ਔਰ ਸ਼ਰਾਰਤੀ ਅੰਸਰ ਜ਼ਰੂਰ ਆਉਂਦੇ ਆ ਸੋ ਇਹ ਸੀ ਭੂਤਾਂ ਵਾਲੀ ਕੋਠੀ ਦੇ ਨਾਂ ਨਾਲ ਜਿਹੜਾ ਇੱਕ ਲੋਕਾਂ ਦਾ ਅੰਧਵਿਸ਼ਵਾਸ ਜੁੜਿਆ ਹੋਇਆ ਉਹਦੇ ਨਾਲ ਤੁਹਾਨੂੰ ਰੋਬਰੂ ਕਰਵਾਇਆ ਤਲਵੰਡੀ ਜੋ ਪੁੱਤਾਂ ਵਾਲੀ ਕੋਠੀ ਦੇ ਨਾਂ ਨਾਲ ਕੋਠੀ ਮਸ਼ਹੂਰ ਹੈ ਉਸ ਕੋਠੇ ਬਾਰੇ ਤੁਹਾਨੂੰ ਕਾਫੀ ਜਾਣਕਾਰੀ ਦਿੱਤੀ ਜਦੋਂ ਕੋਠੀ ਦਾ ਮਾਲਕ ਕੋਠੀ ਵੇਚ ਕੇ ਗਿਆ ਉਸ ਤੋਂ ਬਾਅਦ ਜਿਨ੍ਹਾਂ ਨੇ ਕੋਠੀ ਉਹ ਖਰੀਦੀ ਸੀ ਉੱਥੇ ਰਿਹਾਇਸ਼ ਕਰੀ ਉਹ ਸਾਡੇ ਨਾਲ ਹੈ ਬਾਬਾ ਜੁਰਾ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਤੁਸੀਂ ਕਦੋਂ ਕੋਠੀ ਮੁੱਲ ਲਈ ਸੀਗੀ ਔਰ ਕਿੰਨੇ ਸਾਲ ਉੱਥੇ ਰਹੇ ਕਿਉਂਕਿ ਅੱਜ ਦੇ ਟਾਈਮ 'ਚ ਵੀ ਕਹਿੰਦੇ ਵੀ ਪੁੱਤਾਂ ਵਾਲੀ ਕੋਠੀ ਦੇ ਨਾਂ ਨਾਲ ਉਹ ਮਸ਼ਹੂਰ ਹੈ ਇਹ ਜਦੋਂ ਬਾਈ ਜੀ ਮੈਂ ਕੋਠੀ ਲਈ ਸੀ ਉਦੋਂ ਕੋਈ ਉਹਨੂੰ ਪੁੱਤਾਂ ਵਾਲੀ ਕੋਠੀ ਨਹੀਂ ਕਹਿੰਦਾ ਸੀ ਇੱਕ ਕੁੱਬਿਆਂ ਤੋਂ ਸੀ ਬਾਈ ਮਿੱਠੂ ਸਿੰਘ ਸਨ ਅਫਸਰਦਾਰ ਸਖਦੀਪ ਸਿੰਘ ਜੀ ਉਹਨਾਂ ਤੋਂ ਮੈਂ ਕੋਠੀ ਲਈ ਸੀਗੀ ਬਾਈ ਜੀ ਇਹ ਤੇ ਉਦੋਂ ਇਹਦੇ ਤੇ ਕੋਈ ਭੂਤਾਂ ਵਾਲੀ ਜਾਂ ਕੋਈ ਲੈਵਲ ਨਹੀਂ ਲੱਗਿਆ ਸੀਗਾ ਤੇ ਆਪਾਂ ਲਈ ਹੈ 3 ਸਾਲ ਮੈਂ ਉੱਥੇ ਰਹਿ ਆਸ਼ਕਰੀ ਹੈ ਮੇਰੀ ਮੈਰਿਜ ਉੱਥੇ ਹੋਈ ਹੈ ਪਹਿਲਾ ਬੇਟਾ ਮੇਰਾ ਉੱਥੇ ਹੋਇਆਗਾ ਤੇ ਬਾਕੀ ਕੋਈ ਵੀ ਚੱਕਰ ਨਹੀਂ ਹੈਗਾ ਭੂਤ ਪ੍ਰੇਤ ਵਾਲਾ ਜਾਂ ਕੋਈ ਵੀ ਤੇ ਇਕੱਲੇ ਵੀ ਰਹਿੰਦੇ ਰਹੇ ਹਾਂ ਮੇਰੇ ਮੈਸੇਜ ਵੀ ਕਈ ਵਾਰੀ ਇਕੱਲੇ ਹੁੰਦੇ ਸੀਗੇ ਕਿੰਨੇ ਸਾਲ ਰਹੇ ਹੋ ਸੀ ਉੱਥੇ ਮੈਂ 3 ਸਾਲ ਲਗਾਤਾਰ ਰਿਹਾ ਜੀ ਕੀ ਕਾਰਨ ਸੀ ਤੁਸੀਂ ਕੋਠੀ ਉੱਥੇ ਵੇਚ ਕੇ ਆਗੇ ਇਕਦਾ ਮੰਨ ਲਓ ਹੁਣ ਜਿਹੜਾ ਮੇਰਾ ਇੱਥੇ ਘਰ ਹੈਗਾ ਲੇਲੇ ਵਾਲਾ ਰੋਡ ਜਿੱਥੋਂ ਸ਼ੁਰੂ ਹੁੰਦਾ ਇੱਥੋਂ ਮੈਨੂੰ 1 ਕਿਲੋਮੀਟਰ ਪੈਂਦੀ ਸੀਗੀ ਉਹ ਤੇ ਮਤਲਬ ਮੈਂ ਉਹ ਦਥੌੜ ਦਾ ਕਰਕੇ ਹੀ ਵੇਚੀ ਸੀ ਵੀ ਮੇਰਾ ਇੱਕ ਘੋੜਿਆਂ ਦਾ ਬਿਜ਼ਨਸ ਹੈ ਤੇ ਮੈਨੂੰ ਦੂਰ ਪੈਂਦਾ ਸੀਗਾ ਤੇ ਦੂਜੇ ਨੰਬਰ ਤੇ ਆਪਾਂ ਪ੍ਰੋਫਿਟ ਦਾ ਵੇਚ ਕੇ ਆਏ ਸੀਗੇ ਫਿਰ ਇਹੋ ਜਿਹੀ ਕੀ ਕਾਰਨ ਹੋ ਗਏ ਦੋ ਮੌਤਾਂ ਹੋ ਗਈਆਂ ਸੀ ਉਹਨਾਂ ਨੂੰ ਪੁੱਤਾਂ ਨਾਲ ਜੋੜਤਾ ਉਹ ਤਾਂ ਗੱਲ ਇਹ ਸੀ ਜੀ ਉਹਨਾਂ ਦੀ ਕੋਈ ਪਰਿਵਾਰਕ ਆਪਸ ਵਿੱਚ ਸੀਗੀ ਮੌਤਾਂ ਜ਼ਰੂਰ ਹੋਈਆਂ ਸੀ ਪਰ ਕਾਰਨ ਇਹ ਹੋ ਗਿਆ ਵੀ ਆਪਾਂ ਜਦੋਂ ਹੁਣ ਲਈਏ ਉਹ ਮੈਂ 3-4 ਲੱਖ ਨਫੇ ਨਾਲ ਵੇਚੀ ਸੀਗੀ ਪ੍ਰੋਫਿਟ ਦਾ ਤੇ ਮੈਂ ਇਥੋਂ ਪ੍ਰੋਫਿਟ ਦਾ ਕਰਕੇ ਮੰਨ ਲਓ ਇਥੋਂ ਜਿਹੜੀ ਆਪਣੇ ਕਹ ਦੀ ਕਮਿਸ਼ਨ ਕਰਨ ਵਾਲੇ ਬੰਦੇ ਹੈਗੇ ਉਹਨਾਂ ਨੇ ਲਈ ਸੀ ਪ੍ਰੋਫਿਟ ਦੇ ਮਾਰਿਆਂ ਨੇ ਤੇ ਪਰ ਉਹਨਾਂ ਜੋ ਰਹਿਣ ਵਾਲਾ ਕੋਈ ਬੰਦਾ ਨਹੀਂ ਸੀ ਸਾਰਿਆਂ ਦੇ ਆਪ ਦੇ ਘਰ-ਬਾਰ ਸੈਟਲ ਨਹੀਂ ਵਧੀਆਂ ਨੇ ਤੇ ਪਰ ਉਹਨਾਂ ਨੇ ਜਿੰਦਾ ਲਾਤਾ ਉੱਥੇ ਤੇ ਉਹ ਕੋਠੀ ਹੈਗੀ ਆ ਬਾਰ-ਬਾਰ ਬਾਰ-ਬਾਰ ਹੋਣ ਦਾ ਕਰਕੇ ਵੀ ਉਹ ਕਿਸਮਕੀਆਂ ਦਾ ਅੱਡਾ ਬਣ ਗਏ ਜੇ ਕੋਈ ਉਹਨੂੰ ਕੋਠੀ ਨੂੰ ਖਰੀਦਦਾ ਜਾਂ ਤੁਹਾਡੇ ਕੋਲ ਕੋਈ رائے ਲੈਣ ਆਉਂਦਾ ਪੁੱਛਦੇ ਹਾਂ ਤੁਸੀਂ ਦੱਸਦੇ ਹਾਂ ਉਹਨਾਂ ਨੂੰ ਕੋਈ ਇੱਥੋਂ ਬਾਈ ਜੀ ਇਸ ਗੱਲ ਬਾਰੇ ਬਹੁਤ ਇਨਸਾਨਾਂ ਨੇ ਪੁੱਛਿਆ ਪਹਿਲਾਂ ਤਰਕਸ਼ੀਲ ਸਟੇਡੀਅਮ ਵਾਲੇ ਆਪਣੇ ਪਿਛਲੇ ਮੇਲੇ ਤੇ ਜਦੋਂ ਉਹਨਾਂ ਨੇ ਲਾਈ ਸੀ ਤੇ ਉਦੋਂ ਵੀ ਮੇਰੇ ਕੋਲੇ ਆਏ ਸੀਗੇ ਕ੍ਰਿਸ਼ਨ ਹੁਰੀ ਗੁਰੂਸਰ ਵਾਲੇ ਉਹਨਾਂ ਨੂੰ ਵੀ ਮੈਂ ਕਿਹਾ ਸੀ ਵੀ ਮੈਨੂੰ ਚਾਹੇ ਲੱਖ ਬੰਦੇ ਚ ਪੁੱਛ ਲਿਓ ਮੈਂ ਕਹੂੰਗਾ ਵੀ ਉੱਥੇ ਕੋਈ ਭੂਤ ਪ੍ਰੇਤ ਨਹੀਂ ਤੇ ਕੋਈ ਗੱਲਬਾਤ ਨਹੀਂ ਤੇ ਮੈਂ ਅੱਜ ਵੀ ਇਸ ਗੱਲ ਨੂੰ ਕਹਿੰਨਾ ਤੇ ਜੇ ਉਹ ਲੋਕ ਕੋਈ ਕਈ ਮਤਲਬ ਅਫਵਾਹਾਂ ਕਰਦੇ ਆ ਵੀ ਉਹ ਤਾਂ ਜੀ 5 ਲੱਖ ਨੂੰ 2 ਲੱਖ ਨੂੰ 4 ਲੱਖ ਨੂੰ ਦੇਣ ਨੂੰ ਤਿਆਰ ਆ ਤਾਂ ਮੈਂ ਅੱਜ ਵੀ ਗਾਹ ਕਹਾਂਦਾ ਐ ਵੀ ਗੱਲ ਸੁਣਨਾ ਚਾਹੀਸੀ ਵੀ ਘੋੜਿਆਂ ਦਾ ਵੀ ਉੱਥੇ ਤੁਹਾਡਾ ਨੁਕਸਾਨ ਹੋ ਗਿਆ ਸੀ ਜਾਂ ਤੁਸੀਂ ਤਾਂ ਤਾਂ ਨਹੀਂ ਛੱਡ ਕੇ ਆਏ ਸੀਗੇ ਉਹ ਨਾ ਜੀ ਦੇਖੋ ਇੱਕ ਲੋਕਾਂ ਨੇ ਵੈਸੇ ਗੱਲ ਕਰੀ ਵੀ ਮਤਲਬ ਮੇਰਾ ਘੋੜਿਆਂ ਦਾ ਬਿਜ਼ਨਸ ਹੈ ਘੋੜਿਆਂ ਦਾ ਵਪਾਰ ਆ ਤੇ ਮੈਨੂੰ 15 ਸਾਲ ਹੋ ਗਏ ਘੋੜਿਆਂ ਦੇ ਇੱਕ ਸਾਂਹ ਵਾਲਾ ਵਪਾਰ ਹੈ ਇਹਦੇ ਵਿੱਚ ਨਾ ਵਾਦਾ ਕਾਟਾ ਹੁੰਦਾ ਰਹਿੰਦਾ ਹੈਗਾ ਤੇ ਪਰ ਉਸ ਜਗ੍ਹਾ 'ਚ ਮੈਂ 3 ਸਾਲ ਰਿਹਾ ਤੇ ਜੇ ਕੋਈ ਵੀ ਬੰਦਾ ਮੇਰੇ ਇੱਕ ਘੋੜੇ ਦਾ ਜਾਂ ਕਿਸੇ ਦਾ ਨੁਕਸਾਨ ਦਾ ਪ੍ਰੂਫ ਕਰ ਦੇ ਤਾਂ ਮੈਂ ਉਹਨੂੰ ਨਾਮ ਦੇਣ ਦਾ ਵੀ ਹੱਕਦਾਰ ਮਤਲਬ ਕਦੇ ਵੀ ਉੱਥੇ ਕੋਈ ਇਹੋ ਜੀ ਚੀਜ਼ ਨਹੀਂ ਹੈਗੀ ਆਪਾਂ ਹਾਂ ਕੋਈ ਹਰਕਤ ਨਹੀਂ ਆਪਾਂ ਮੰਨ ਲਓ ਮਹਾਰਾਜ ਜੀ ਲੜਨ ਲੱਗੇ ਆ ਬਾਣੀ ਪੜਦੇ ਆ ਦੂਜੇ ਨੰਬਰ ਤੇ ਗੱਲ ਇਹ ਆ ਵੀ ਇਹ ਗੱਲਾਂ ਲੋਕਾਂ ਦੀਆਂ ਬਣਾਈਆਂ ਹੋਈਆਂ ਨੇ ਤਲਵੰਡੀ ਦੇ ਵਿੱਚ ਬਾਰ ਬਾਰ ਇੱਕ ਸਮੈਕੀਆਂ ਦਾ ਲਾਲੋ ਜਾਂ ਦੋ ਨੰਬਰ ਦਾ ਕੰਮ ਕਰਨ ਵਾਲੇ ਬੰਦਿਆਂ ਦਾ ਉਹ ਅੱਡਾ ਬਣ ਗਿਆ ਤਾਂ ਕਰਕੇ ਉਸ ਚੀਜ਼ ਨੂੰ ਬਦਨਾਮ ਕਰਤਾ ਤੇ ਨਹੀਂ ਉੱਥੇ ਕੋਈ ਚੀਜ਼ ਨਹੀਂ ਹੈਗੀ ਇਸ ਗੱਲ ਦੀ ਮੈਂ ਜੁਮੇਵਾਰੀ ਕਰਦਾ ਠੀਕ ਹੈ ਸੋ ਇਹ ਸਨ ਬਾਬਾ ਜੋਰਾ ਸਿੰਘ ਜੀ ਜਦੋਂ ਉਹ ਕੋਠੀ ਨੂੰ ਉਸ ਕੋਠੀ ਦੇ ਮਕਾਨ ਦੇ ਮਾਲਕ ਇਹਨਾਂ ਨੂੰ ਵੇਚ ਕੇ ਗਏ ਇਹਨਾਂ ਦਾ ਕਹਿਣਾ ਹੈ ਕਿ ਤਿੰਨ ਚਾਰ ਸਾਲ ਉਹ ਉੱਥੇ ਰਾਇਸ ਕਰੀ ਉੱਥੇ ਇਹਨਾਂ ਦੇ ਬੱਚੇ ਵੀ ਪੈਦਾ ਹੋਏ ਪਰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਇਹ ਸਿਰਫ ਔਰ ਸਿਰਫ ਇੱਕ ਸਰਾਰਤੀ ਅੰਸਰਾਂ ਔਰ ਨਸ਼ੇੜੀਆਂ ਨੇ ਇੱਕ ਭੂਤਾਂ ਵਾਲੀ ਕੋਠੀ ਦਾ ਜਿਹੜਾ ਇੱਕ ਲੋਕਾਂ ਨੂੰ ਡਰਾਉਣ ਵਾਸਤੇ ਕਾਫਵਾਹ ਅਲਾਈਆਂ ਸੀ